स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड बरगाड़ी, ये पिंड जैतो तहसील ते फरीदकोट जिले का कोटकपुरे तो बठिंडा हाईवे दे उत्ते दोस्तों ये पिंड आउंदा है। जिहड़े घर चो वीडियो बना रहे हैं दोस्तों भाई कोलों बहुत वीडियो बनाईआं है ते ये वीर कटिंगां झोटियां लैके आउंदा विकरी वालियां। अज भी चार ना गया दोस्तों विकाऊ, इन्हां दे विच पहले नंबर ते मार्किंग नीली रावी, ये तो बिना तीन झोटियां होर जिन्हां दे विच मैनू सेंटर दे विच इक जैट ब्लैक झोटी भी दिसदी है। सो वीडियो नूं एंड तक देखियो, तुहानूं जिहड़ा नग चंगा लग्गिया उहदी तसल्ली कर लो जे आके आपदी समझ नाल तुसीं खरीदना। साडा काम वीडियो 'च तुहानूं पशु दिखाउण दा ते इस वीर कोल झोटियां हुंदियां बहुत सनखियां। सो आओ शुरुआत नीली वाले पक्ष तों ही करीए, उदू बाद 'च मुरा दीआं तीन झोटियां तुहानूं दिखाउणियां। तुहानूं सति श्री अकाल भाई। सति श्री अकाल जी। ਉਹਨੂੰ ਅੱਜ ਚਾਰ ਨਾਗ ਆਪਣੇ ਕੋਲ, ਹਾਂਜੀ, ਜਿਹੜੀ ਤੇਰੇ ਮਗਰ ਕੱਟੀ ਖੜੀ ਹੈ ਇਹਦੀ ਕੀ ਡਿਟੇਲ ਹੈ? ਦੰਦੋਂ ਦੱਸ ਦੀ ਕੱਲੀ। ਦੰਦੋਂ ਫੇਰੀ ਹੈ, ਸਵਾ ਸਾਲ ਉਮਰ ਹੈ ਜੀ। ਰੇਟ ਕੀ ਰਹੂਗਾ? ਰੇਟ ਇਹਦਾ 24,000 ਹੈ, ਸਾਰੇ ਜਿਹੜੇ ਨਿਸ਼ਾਨੀ ਹੈ ਨੀਲੀ ਗਾਰੀ ਦੀ ਖੋਲੀ ਨਾ। ਸੋ ਦੱਸੋ ਰੇਟ 24,000 ਹੈ, ਸਵਾ ਕੁ ਸਾਲ ਉਮਰ ਬਾਈ ਦੱਸਦਾ ਹੈ ਇਹਦੀ, ਬਾਕੀ ਤੁਸੀਂ ਆਪ ਆ ਕੇ ਦੇਖੋ। ਨੀਲੀ ਗਾਰੀ ਜਿੱਡਾ ਛੋਟਾ ਸਿੰਘ ਆਉਂਦਾ ਨਹੀਂ ਕੱਟੀ ਦੇ ਇੱਦਾਂ ਹੀ। ਸੋ ਬਿਲਕੁਲ ਛੋਟਾ ਸਿੰਘ ਹੈ ਦੋਸਤੋ, ਬਹੁਤ ਸੋਹਣੀ ਅੱਖ ਢਾਂਚਾ ਤੁਸੀਂ ਦੇਖ ਸਕਦੇ ਹੋ। ਸੰਭਾਲ ਥੋੜ੍ਹੀ ਕਰਨ ਦੀ ਲੋੜ ਹੈ, ਉਹ ਤੁਸੀਂ ਜਿਹੜਾ ਵੀਰ ਖਰੀਦੂਗਾ ਉਹਨੇ ਸ਼ੌਂਕ ਨਾਲ ਸਾਂਭ ਵੀ ਲੈਣੀ ਹੈ। ਸੋ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਜੇ। 24,000 ਰੇਟ ਹੈ, ਮਾਨਤਾਨ ਥੋੜ੍ਹਾ ਬਹੁਤਾ ਵਿੱਚੋਂ ਹੋ ਜਾਂਦਾ ਹੁੰਦਾ, ਫਿਕਸ ਰੇਟ ਨਹੀਂ ਹੈ। ਥਣ ਸੋਹਣੇ ਆ ਦੱਸੋ, ਢਾਂਚਾ ਤੁਹਾਡੇ ਸਾਹਮਣੇ ਹੈ। ਸੋ ਜਿਹਨੂੰ ਜਚੇ 24,000 ਰੇਟ, ਪਹਿਲੇ ਨੰਬਰ 'ਤੇ ਕੱਟੀ ਥਣ ਦੱਸੋ ਬਿੱਥੀ 'ਤੇ ਹੈ ਅਤੇ ਸੋਹਣੇ ਥਣ ਇਹਦੇ ਲੱਗੇ ਆ। ਤੁਹਾਨੂੰ ਦਿਖਾ ਵੀ ਦਿੰਦਾ, ਤੁਹਾਨੂੰ ਇਹਦੇ ਥਣ ਦਿਖਾਏਗੇ। ਸੋ ਇੱਥੋਂ ਤੁਸੀਂ ਇਹਦੇ ਥਣ ਦੇਖ ਸਕਦੇ ਹੋ ਦੋਸਤੋ, ਬਾਠੀ ਤੋਂ। ਇਹ ਤੋਂ ਬਿਨਾਂ ਦੱਸੋ ਇਹਦੋਂ ਅੱਗੇ ਮੁਰਾ ਨਸਲ 'ਚ ਝੋਟੀ, ਤੁਹਾਨੂੰ ਇਹਦੀ ਉਮਰ ਕਿੰਨੀ ਹੋਊ ਕੱਟੀ? ਹੈਗੀ ਹੈ 17 ਕੁ ਮਹੀਨੇ ਦੀ। ਕੀ ਰੇਟ ਹੋਊਗਾ? ਰੇਟ ਇਹਦਾ 27,000 ਤੋਰੀ। 27,000 ਰੇਟ ਹੈ ਦੋਸਤੋ, ਅਤੇ 17 ਮਹੀਨੇ ਬਾਈ ਕਹਿੰਦਾ ਉਮਰ ਹੈ, ਡੇਢ ਕੁ ਸਾਲ ਦੀ ਲਗਭਗ ਤੁਸੀਂ ਮੰਨ ਲਓ। ਕੱਦ ਘਾਟ ਸੋਹਣਾ ਕਰ ਜੂਗੀ, ਬਾਕੀ ਜੋ ਛੇਪ ਹੈ ਸਿੰਗਾਂ ਦੀ ਬਣਾਵਟ ਉਹ ਤੁਸੀਂ ਵੀਡੀਓ 'ਚੋਂ ਦੇਖ ਸਕਦੇ ਹੋ। ਬਰੀਕ ਪੂਛ ਦੀ ਹੈ ਅਤੇ ਪੂਛ ਹੇਠੋਂ 1 ਇੰਚ ਮਸਾਂ ਜਿਹੜੀ ਉਹ ਚਿੱਟੀ ਦਿਸਦੀ ਹੈ, ਪਤਲੀ ਪੂਛ ਬਿਲਕੁਲ ਹੇਠਲੇ ਪਾਸੋਂ ਤੁਸੀਂ ਨੋਟ ਕਰਿਓ ਜੇ, ਪਤਲੀ ਬਰੀਕ ਪੂਛ ਦੀ ਝੋਟੀ। ਸੋ ਇਹਦਾ ਰੇਟ 27,000 ਹੈ। ਪਿੱਠਪੁੜੇ ਦੀ ਸੋਹਣੀ ਕੱਟੀ ਹੈ, ਸੰਬੀ ਵੀ ਠੀਕ ਹੈ ਦੋਸਤੋ, ਸੋਹਣੀ ਸੰਬੀ ਵੀ ਹੈ। ਥਣ ਬਹੁਤ ਸੋਹਣੇ ਆ, ਚਾਰੇ ਨਿਖੜਵੇਂ ਆ, ਇਕੱਲਾ ਇਕੱਲਾ ਦਿਸਦਾ ਹੈ। ਸਿੰਗ ਖੁੱਲਾ ਤਾਂ ਲਈਏ ਜੀ, ਦੁੱਧ ਸੀਗਾ ਮਾਸ ਲਾ ਪੂਰਾ ਚੰਗਾ। ਅੱਛਾ, ਹਾਂ ਤਾਂ ਕਰਕੇ ਲਈਏ, ਨਹੀਂ ਖੁੱਲੇ ਸਿੰਗ ਦੀ ਨਹੀਂ ਕੋਲ ਝੋਟੀ ਜਾਂਦੀ। ਠੀਕ ਹੈ, ਦੱਸੋ ਬਾਈ ਕਹਿੰਦਾ ਵੀ ਖੁੱਲੇ ਸਿੰਗ ਦੀ ਮੈਂ ਖਰੀਦਦਾ ਨਹੀਂ, ਇਹਦੀ ਮਾਂ ਦਾ ਦੁੱਧ ਚੰਗਾ ਦੱਸਿਆ ਮਾਲਕਾਂ ਨੇ ਜਿਹਦੇ ਕਰਕੇ ਖਰੀਦੀ ਹੈ। ਇਹਦੂ ਬਾਅਦ 'ਚ ਇੱਕ ਜੈੱਡ ਬਲੈਕ ਹੀ ਹੈ, ਤੁਹਾਨੂੰ ਕਿੰਨੀ ਕੁ ਉਮਰ ਹੋਈ? ਇਹ ਹੈਗੀ ਹੈ ਜੀ 18 ਮਹੀਨਿਆਂ ਦੀ। ਕੀ ਰੇਟ ਹੋਊਗਾ? ਰੇਟ ਇਹਦਾ 28,000 ਹੈ ਜੀ। ਖੁੱਲ ਇਹਦੀ ਵੀ ਦਿਖਾ ਦਿਓ ਜੈੱਡ ਬਲੈਕ। ਪਿੱਠਪੁੜੇ ਦੀ ਚਾਰਾਂ ਝੋਟੀਆਂ ਚੋਂ ਜ਼ਿਆਦਾ ਸੁਨੱਖੀ ਹੈ, ਜ਼ਿਆਦਾ ਖੁੱਲੀ ਹੈ ਪਿੱਠਪੁੜੇ ਵੱਲੋਂ, ਸਿੰਗ ਨਾਲ ਹੀ ਮੋੜਦੀ ਆਉਂਦੀ ਹੈ, ਢਾਂਚਾ ਸੋਹਣਾ। ਇਹਦਾ ਰੇਟ 28,000। ਪਿੱਠਪੁੜਾ ਤੁਸੀਂ ਉੱਤੋਂ ਦੇਖ ਸਕਦੇ ਹੋ, ਜੈੱਡ ਬਲੈਕ ਆ ਦੱਸੋ, ਕੋਈ ਵੀ ਵਾਲ ਇਹਦੀ ਪੂਛ 'ਚ ਵੀ ਜਿਹੜਾ ਉਹ ਵਾਈਟ ਨਹੀਂ ਹੈ, ਬਾਕੀ ਢਾਂਚਾ ਤੁਸੀਂ ਇੱਥੋਂ ਦੇਖ ਸਕਦੇ ਹੋ, ਸੋਹਣਾ ਸਟਰਕਚਰ ਹੈ ਇਹਦਾ ਵੀ। ਕੋਈ ਜੈੱਡ ਬਲੈਕ 28,000 ਰੇਟ ਆ, ਥਣਾਂ ਦੀ ਵੀ ਬਹੁਤ ਸਾਫ਼ ਸੁਥਰੀ। ਇੱਕ ਹੋਰ ਲਾਸਟ ਉੱਤੇ ਝੋਟੀ ਤੁਹਾਨੂੰ ਦਿਖਾਉਣਾ, ਬਿਊਟੀ ਪੱਖ 'ਚ ਬਹੁਤ ਸੁਨੱਖੀ ਝੋਟੀ। ਦੰਦੋ ਕਿਵੇਂ ਆਪਾਂ? ਦੰਦੋ ਇਹ ਵੀ ਖੀਰੀ ਹੈ ਜੀ। ਕੀ ਰੇਟ ਹੋਊਗਾ? ਰੇਟ ਇਹਦਾ 32,000 ਹੈ। ਖੋਲੀ ਦੇਖ ਸਕਦਾ ਦੱਸੋ? ਠੀਕ ਹੈ। ਸੋ 32,000 ਰੇਟ ਆ ਦੱਸੋ, ਅਤੇ ਇਹ ਖੀਰੀ ਆ ਦੰਦੋ। ਬਾਕੀ ਦੰਦ ਇਹਨਾਂ ਦੇ ਦੇਖੇ ਹੁੰਦੇ ਆ, ਜਿਹਨੇ ਖਰੀਦਣੀ ਉਹ ਦੰਦ ਦੇਖ ਸਕਦਾ। ਮੈਂ ਵੀਡੀਓ ਸਿਰਫ ਪੁੱਛਦਾ ਬਾਈ ਹੋਰਾਂ ਤੋਂ ਵੀ ਇਹ ਦੰਦੋ ਕਿਵੇਂ ਆ। ਗਰੰਟੀ ਆ ਜੀ ਦੰਦਾਂ ਦੀ ਤੱਕੜੀ। ਸਹੀ ਹੈ, ਦੰਦਾਂ ਦੀ ਵੀਰ ਕਹਿੰਦਾ ਗਰੰਟੀ ਆ, ਪਰ ਫਿਰ ਵੀ ਤੁਸੀਂ ਵੇਖ ਸਕਦੇ ਹੋ ਦੰਦ ਜਿਹੜੇ ਉਹ ਗੋਹਾ ਕਰ ਲੈਂਦੇ। ਸੋਹਣੇ ਢਾਂਚੇ ਦੀ ਇਹ ਵੀ ਕੱਟੀ। ਇਹਦਾ ਰੇਟ ਆਪਾਂ ਕੀ ਰੱਖਿਆ ਜੀ? 32,000 ਦੋਸਤੋ ਇਹਦਾ ਰੇਟ ਆ। ਢਾਂਚਾ ਬਹੁਤ ਸੋਹਣਾ ਦੱਸੋ ਕੱਟੀ ਦਾ, ਵੇਖ ਸਕਦੇ ਹੋ ਤੁਸੀਂ, ਰੇਟ 32,000 ਆ। ਥੋੜ੍ਹਾ ਧੁੱਪ 'ਚ ਸਰੋਂ ਦਾ ਤੇਲ ਚਮਕਾਉਂਦਾ, ਵੈਸੇ ਰੰਗ ਕਾਲੇ 'ਚ।
24,000 तो लैके दसो 32,000 रेट तक दियां इह झोटियां चार नाग है, भावें कट्ठियां खरीद लो जे वध मान तन कर दूगा भाई। बाकी तुसीं वीडियो देखते हो तो हरेक हफ्ते च एक वीडियो आ जाती है, इन्ने नाग सोहने सोहने भाई खरीद के भी लिया, उस बाद वेखते भी वीडियो के माध्यम नाल बहुत छेती है, जिदे करके हर वार थोनू नवे पशु वीर कोलों दिखाई दे। सो अज की वीडियो चार नाग से, बहुत मेहरबानी वीडियो देख।